वाहेगुरु जी का खालसा वाहेगुरु जी की फतेह। ते अज जिहड़ा भरावो लाइव चल रहा जिहड़े वीर देख रहे ने जिहड़े भी बस स्टैंड दा टाइम दित्ता सी ਉਹ ਸਵਰਨ ਪੈਲਸ ਦੇ ਕੋਲ ਪਹੁੰਚ ਜਾਣ ਕਿਉਂਕਿ ਇਕੱਠ ਸਵਰਨ ਪੈਲਸ ਦੇ ਕੋਲ ਹੀ ਹੋ ਗਿਆ ਇਸ ਕਰਕੇ ਉੱਥੇ ਖੜ ਕੇ ਵੇਟ ਕਰਨ ਦੀ ਕੋਈ ਲੋੜ ਨਹੀਂ ਤੇ ਪ੍ਰਸ਼ਾਸਨ ਹੈ ਜਿਹੜਾ ਉਹ ਆਰ ਐਸ ਐਸ ਦੇ ਪਹਿਰੇਦਾਰੀ ਦੇ ਵਿੱਚ ਲੱਗਾ ਹੋਇਆ ਤੇ ਕਿਸਾਨ ਜਿਹੜੇ ਹੈ ਉਹ ਸੜਕ ਦੇ ਵਿੱਚ ਖੜੇ ਆ ਬਲੱਡ ਬੈਂਕ ਦੀ ਜਿਹੜੀ ਗੱਡੀ ਆ ਉਹਨੂੰ ਘੇਰ ਕੇ ਸਵਰਨ ਪੈਲਸ ਦੇ ਕੋਲ ਪਹੁੰਚੋ। ਸ਼ੇਅਰ ਕਰੀ ਜੋ ਵੀਰੋ ਚਲਦੀ ਚਲਦੀ ਨੂੰ ਪਹਿਲਾਂ ਗਿਣੀ ਮਿਣੀ ਸਾਜ਼ ਦੇ ਨਾਲ ਕਾਰਪੈਂਟ ਘਰਾਣੇ ਦੇ ਨਾਲ ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਜਿਹੜਾ ਗੋਤੀ ਨੂੰ ਛੇੜਾ ਲਾਇਆ ਗਿਆ ਤਾਂ ਹਾਂਜੀ ਵੀਰੋ ਜਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਹੈਗਾ ਜਿੰਨਾ ਨਿਸ਼ਾਨ ਇਹਨਾਂ ਨੇ ਦੇਸ਼ ਦਾ ਸ਼ੇਅਰ ਕਰ ਦਿਓ ਵੀਰੋ ਜਿਹੜਾ ਹੈਗਾ ਸਵਰਨ ਪੈਲਸ ਦੇ ਕੋਲ ਪਹੁੰਚ ਜੋ ਸਵਰਨ ਪੈਲਸ ਦੇ ਕੋਲ ਕਿਉਂਕਿ ਜਿਹੜਾ ਧਰਨਾ ਹੈ ਉਹ ਸਵਰਨ ਪੈਲਸ ਦੇ ਕੋਲ ਲੱਗ ਚੁੱਕਿਆ ਇਸ ਕਰਕੇ ਵੱਧ ਤੋਂ ਵੱਧ ਵੀਰਾਂ ਨੂੰ ਬੇਨਤੀ ਹੈ ਕਿ ਨਾਲ ਦੀ ਨਾਲ ਜਿਹੜਾ ਸ਼ੇਅਰ ਕਰੀ ਜੋ ਇਸ ਵੀਡੀਓ ਨੂੰ ਤਾਂ ਜੋ ਵੱਧ ਤੋਂ ਵੱਧ ਲੋਕਾਂ ਕੋਲ ਇਨਫੋਰਮੇਸ਼ਨ ਪਹੁੰਚੇ ਅਤੇ ਸਵਰਨ ਪੈਲਸ ਕੋਲ ਪਹੁੰਚੋ ਜਲਦੀ ਤੋਂ ਜਲਦੀ ਬੱਸ ਸਟੈਂਡ ਦਾ ਜਿਹੜਾ ਪ੍ਰੋਗਰਾਮ ਸੀ ਉਹ ਬਦਲ ਕੇ ਸਵਰਨ ਪੈਲਸ ਕੋਲ ਰੱਖ ਦਿੱਤਾ ਇਸ ਕਰਕੇ ਵੀਰੋ ਸਵਰਨ ਪੈਲਸ ਦੇ ਕੋਲ ਪਹੁੰਚੋ ਜਲਦੀ ਤੋਂ ਜਲਦੀ ਨੂਰਪੁਰ ਇਲਾਕੇ ਦੇ ਵੀਰੋ ਨਾਲ ਦੀ ਨਾਲ ਸ਼ੇਅਰ ਕਰੀ ਜੋ ਵੀਡੀਓ ਤਾਂ ਜੋ ਵੱਧ ਤੋਂ ਵੱਧ ਜਿਹੜੇ ਲੋਕ ਹੈ ਉਹ ਸਵਰਨ ਪੈਲਸ ਦੇ ਕੋਲ ਪਹੁੰਚ ਜਾਣ ਆਰ ਐਸ ਐਸ ਵਾਲਿਆਂ ਨੇ ਕੈਂਪ ਜਿਹੜਾ ਉਹ ਲਾ ਰੱਖਿਆ ਅਤੇ ਪੁਲਿਸ ਉਹਨਾਂ ਦੀ ਰਾਖੀ ਵਾਸਤੇ ਖੜ੍ਹੀ ਆ ਅਤੇ ਕਿਸਾਨ ਵੀਰ ਖੜ੍ਹੇ ਨੇ ਅਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਇੱਥੇ ਪਹੁੰਚੋ ਤਾਂ ਜੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿਸਾਨਾਂ ਦਾ ਰੱਛ ਹੋ ਸਕੇ ਅਤੇ ਇਹਨਾਂ ਨੂੰ ਖਦੇੜੀਏ ਇੱਥੋਂ ਨਹੀਂ ਫਿਰ ਇਹ ਬੜੀ ਸ਼ਰਮਨਾਕ ਗੱਲ ਹੋ ਜਾਣੀ ਹੈ ਨੂਰਪੁਰ ਦੇ ਖਾਸ ਕਰਕੇ ਇਲਾਕੇ ਵਾਸਤੇ ਕਿ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਆ ਕੇ ਆਰ ਐਸ ਐਸ ਆਪਣਾ ਕੈਂਪ ਲਾ ਕੇ ਚੱਲ ਗਈ ਬਾਹਰੋਂ ਆਰ ਐਸ ਐਸ ਵਾਲੇ ਆਏ ਆ ਅਤੇ ਜਲਦੀ ਤੋਂ ਜਲਦੀ ਜਿਹੜਾ ਸਵਰਨ ਪੈਲਸ ਦੇ ਕੋਲ ਪਹੁੰਚਣ ਦੀ ਜਿਹੜੀ ਹੈ ਬੇਨਤੀ ਨੂੰ ਪ੍ਰਵਾਨ ਕਰੋ ਕਾਫੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਵੀ ਗਏ ਆ ਅਤੇ ਜਲਦੀ ਜਲਦੀ ਸ਼ੇਅਰ ਕਰੀ ਜੋ ਵੀਰ ਮੇਰੇ ਜਲਦੀ ਜਲਦੀ ਵੀਡੀਓ ਨੂੰ ਜਿਹੜਾ ਹੈ ਉਹ ਸ਼ੇਅਰ ਕਰੀ ਜਾਓ ਜੇ ਇਹਨਾਂ ਨੇ ਖੂਨਦਾਨ ਕੈਂਪ ਲਾਣਾ ਹੈ ਤਾਂ ਜਾ ਕੇ ਹੱਥ ਤਾਂ ਤਾਂ ਉਹਦਾ ਕਮਿਟੀ ਸੈਂਟਰ ਹੈਗਾ ਜਿੱਥੇ ਲਾਣ ਸ਼ੇਅਰ ਕਰੀ ਜੋ ਵੀਰੋ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਹੈ ਵੀਰ ਹੈ ਉਹ ਜਲਦੀ ਤੋਂ ਜਲਦੀ ਸਵਰਨ ਪੈਲਸ ਦੇ ਕੋਲ ਪਹੁੰਚ ਜਾਣ ਸ਼ੇਅਰ ਕਰ ਦਿਓ ਵੀਰੋ ਜਲਦੀ ਜਲਦੀ ਮੈਂ ਉਹਨਾਂ ਨੂੰ ਵੀ ਫੋਨ ਕਰਿਆ ਉੱਥੇ ਵੀ ਅਸੀਂ ਦਿਨੇਆ ਭੇਜਿਆ ਤੇ ਬਾਬਾ ਜੀ ਤੁਹਾਨੂੰ ਵੀ ਆਰ ਐਸ ਐਸ ਵਾਲੇ ਆਪਣੀ ਰਿਪੇਟ ਲੈ ਰਹੇ ਸਾਹਿਬ ਜਿਹੜਾ ਕੰਮ ਤੁਸੀਂ ਆਪਣੇ ਕਰਦੇ ਹੋ ਲਾਈਵ ਚੱਲ ਰਿਹਾ ਮੇਰਾ ਤੁਹਾਨੂੰ ਵੀ ਬਾਬਾ ਜੀ ਦਾ ਕੀਰਤਨ ਕਰਦੇ ਆ ਉਹ ਕਦੇ ਇਦਾਂ ਦੀਆਂ ਗੱਲਾਂ ਕੀਤਾ ਨਹੀਂ ਕਰਦੇ ਇਹ ਆਰ ਐਸ ਐਸ ਵਾਲੇ ਵੀ ਜਿਹੜੇ ਖੜੇ ਆ ਉਹਨਾਂ ਨੂੰ ਗੇੜ ਦੇ ਵਿੱਚ ਲੈ ਕੇ ਇਹ ਨਵਾਂ ਨਵਾਂ ਆ ਗਏ ਇੱਥੇ ਸਾਡਾ ਸਤਸੰਗ ਭਵਨ ਬਣਿਆ ਉੱਥੇ ਆ ਗਏ ਅਮਨ ਸ਼ਾਂਤੀ ਭੰਗ ਕਰਦੇ ਆ ਬੇਨਾਮ ਕਰਨਾ ਕਰ ਲੱਗੇ ਹੋਏ ਗੱਲ ਤਾਂ ਕੋਈ ਹੈ ਨਹੀਂ ਉਹਨਾਂ ਦੀ ਤਾਂ ਬਦਨਾਮ ਕਰਦੇ ਇੱਕ ਤਾਂ ਹਿੰਦੂ ਬੰਦਾ ਬੁਲਾਓ ਜੀ ਅੱਜ ਇਹ ਅਗਰ ਖੂਨਦਾਨ ਕੈਂਪ ਅਗਰ ਇਹ ਕਾਮਯਾਬ ਹੁੰਦਾ ਤਾਂ ਮੇਰੀ ਗੱਲ ਚੇਤਾ ਰੱਖਿਓ ਇਹ ਹਜ਼ਾਰਾਂ ਵਰਕਰ ਦੀਆਂ ਕਹਿਤਾ ਆਪਣੀ ਹੁੱਲੜਬਾਜੀ ਕਰੂੰਗੇ ਅਸੀਂ ਇਹ ਹੁੱਲੜਬਾਜੀ ਇਹਨਾਂ ਦੀ ਬਿਲਕੁਲ ਨਹੀਂ ਹੋਣ ਦੇਣੀ ਪਹਿਲਾਂ ਸਾਡੇ ਕਿਸਾਨਾਂ ਦੀ ਗੱਲ ਸੁਣੀ ਜਾਵੇ ਸਾਡੇ 300 ਕਿਸਾਨ ਉੱਥੇ ਸਾਡੇ ਸਵਰਨ ਪੈਲਸ ਪਹੁੰਚੋ ਜੀ ਖੂਨ ਦੇ ਢੋਲ ਵਰਗਾ ਲੈਣ ਕੇ ਜਾਵੇ ਇਹਨਾਂ ਨੂੰ ਖੂਨ ਦੀ ਲੋੜ ਹੈ ਆਪਣੀਆਂ ਘਰਾਂ ਦੇ ਬੋਤਲਾਂ ਲਿਆ ਕੇ ਉੱਥੇ ਨੂੰ ਮੋਦੀ ਨੂੰ ਭੇਜ ਦੇਣ ਖੂਨ ਝੱਡ ਵਾਲਾ ਤਾਂ ਮੋਦੀ ਨੂੰ ਹੈ ਕਿਉਂਕਿ ਬੰਗਾਲ ਦੇ ਅੰਦਰ ਇਹਨਾਂ ਨੂੰ ਕਨਵੜੀ ਦੇ ਕੇ ਮਮਤਾ ਬੈਨਰਜੀ ਨੇ ਮਾਰਿਆ ਅੱਜ ਸ਼ਰਮ ਦੇ ਮਾਰੇ ਅੰਦਰ ਨਹੀਂ ਪੜ ਰਹੇ 25 ਲੀਟਰ ਜਿਹੜੇ ਹੈੱਡ ਹੈ ਉਹ ਅੱਜ ਬੋਲਿਆ ਨਹੀਂ ਕਰਦੇ ਹੈ ਉੱਧਰ ਖੜੇ ਆ ਬੰਦੇ ਉਹ ਇਹਨਾਂ ਦੀ ਬੀਜੇਪੀ ਦੀ ਹਾਲਤ ਦੇਖੋ ਭਾਰਤੀ ਜਨਤਾ ਪਾਰਟੀ ਦੀ ਹਾਲਤ ਦੇਖੋ ਜਿਹੜਾ ਮਾਹੌਲ ਹੈ ਉਹ ਤਣਾਅ ਪੂਰਵਕ ਹੋ ਗਿਆ ਕਿਉਂਕਿ ਪ੍ਰਸ਼ਾਸਨ ਹੈ ਜਿਹੜਾ ਉਹ ਰਾਖੀ ਨੂੰ ਬੈਠਾ ਉਹਨਾਂ ਦੀ
स्वर्ण पैलेस के सामने पहुंचो, शेयर करो वीडियो ता जो कि आप सुते ना रह जाइए। जिन्हें गिनती है किसान की बहुत ही ज्यादा भी है नी, क्योंकि आप गल्लां जिहड़ियां वड्डियां वड्डियां करते रहिंदे आ कि आरएसएस इदां अज तुहाडे इलाके दे विच नूरपुर दे विच स्वर्ण पैलेस दे कोल जिहड़ा श्री अकाल मुर्दाबाद।